ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ PBN ਦੇ ਇੰਟਰਟੇਨਮੈਂਟ ਦੇ ਘੈਂਟ ਸ਼ੋਅ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਦੋਸਤੋ, ਸਮਾਰਟ ਸਿਟੀ ਲੁਧਿਆਣਾ ਦੇ ਡਰੀਮ ਪਾਰਟੀ ਪਲੈਨਰ ਵੱਲੋਂ ਈਵੈਂਟ ਔਰਗਨਾਈਜ਼ ਕੀਤਾ ਗਿਆ, ਜਿਸ ਨੂੰ ਨਾਮ ਦਿੱਤਾ ਗਿਆ ਸੀ ਪਹਿਚਾਨ, ਔਰ ਈਵੈਂਟ ਦੇ ਔਰਗਨਾਈਜ਼ਰ ਸੀ ਅੰਮ੍ਰਿਤਾ ਕਪੂਰ। ਇਸ ਮੌਕੇ ਤੇ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਵਧੀਆ ਰੈਪ ਵਾਕ ਕੀਤਾ, ਉਹ ਨਾਲ ਨੇ ਡਾਂਸ ਵੀ ਕੀਤਾ। ਆਓ ਵੇਖਦੇ ਹਾਂ ਰਿਪੋਰਟ।
ਸੀਗਾ। ਸੋ ਦੋਸਤੋ ਅਸੀਂ ਦੇਖਿਆ ਛੋਟੇ ਛੋਟੇ ਬੱਚਿਆਂ ਨੇ ਕਿੰਨਾ ਵਧੀਆ ਰੈਂਪ ਵਾਕ ਕੀਤਾ ਔਰ ਨਾਲ ਹੀ ਨਾਲ ਡਾਂਸ ਵੀ ਕੀਤਾ। ਇਸ ਮੌਕੇ ਤੇ ਅਸੀਂ ਖਾਸ ਗੱਲਬਾਤ ਕੀਤੀ ਈਵੈਂਟ ਦੇ ਆਰਗੇਨਾਈਜ਼ਰ ਯਾਨੀ ਕਿ ਅੰਮ੍ਰਿਤਾ ਕਪੂਰਨਾ ਅਤੇ ਅੰਨਿਆ ਮੈਂਬਰਸ ਦੇ ਨਾਲ। ਆਓ ਵੇਖਦੇ ਹਾਂ ਅੱਜ ਦੇ ਈਵੈਂਟ ਬਾਰੇ ਕੀ ਕਹਿਣਾ ਸੀ। ਸਤਿ ਸ਼੍ਰੀ ਅਕਾਲ ਭਾਜੀ। ਪਲੇਟਫਾਰਮ ਦਿੱਤਾ ਗਿਆ ਹੈ ਵਨੀਤ ਅਮ੍ਰਿਤਾ ਔਰ ਕਰਨ ਨੇ, ਇੱਕ ਬਹੁਤ ਅੱਛਾ ਪਲੇਟਫਾਰਮ ਦਿੱਤਾ ਬੱਚਿਆਂ ਨੂੰ ਔਰ ਮੈਂ ਕਹਿੰਦਾ ਕਿ ਸਾਡੇ ਹਿੰਦੁਸਤਾਨ ਦਾ ਫਿਊਚਰ ਬਹੁਤ ਬ੍ਰਾਈਟ ਆ ਔਰ ਅੱਜ ਸੁਣਨ ਨੂੰ ਸਵੇਰੇ ਨਿਊਜ਼ ਦੇਖੀ ਆ ਕਿ ਹਿੰਦੁਸਤਾਨ ਦੀ ਲੜਕੀ ਮਿਸ ਵਰਲਡ ਬਣੀ ਆ ਔਰ ਇਹ ਸਮਝ ਕੇ ਸੋਚ ਕੇ ਬੜਾ ਅੱਛਾ ਲੱਗਦਾ ਹੈ ਕਿ ਸਾਡਾ ਟੈਲੈਂਟ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਕਰ ਰਿਹਾ ਔਰ ਸਾਨੂੰ ਇਸ ਤਰ੍ਹਾਂ ਦੇ ਖਿਤਾਬ ਮਿਲਣ ਦਾ ਮਤਲਬ ਆ ਕਿ ਸਾਡੇ ਬੱਚੇ ਬਹੁਤ ਅੱਗੇ ਨਿਕਲ ਰਹੇ ਨੇ ਔਰ ਮੈਂ ਮੁਬਾਰਕਬਾਦ ਦਿੰਦਾ ਹਾਂ ਔਰ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਸਾਰੇ ਪਰਿਵਾਰ ਵਾਲਿਆਂ ਨੂੰ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਭੇਜਿਆ ਔਰ ਉਹਨਾਂ ਨੇ ਉਹਨਾਂ ਦੇ ਟੈਲੈਂਟ ਨੂੰ ਇੱਕ ਪਲੇਟਫਾਰਮ ਦਿੱਤਾ। ਮੈਂ ਇਹ ਚਾਹਾਂਗਾ ਕਿ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਇੱਕ ਪਲੇਟਫਾਰਮ ਦੇਣਾ ਚਾਹੀਦਾ ਤਾਂ ਕਿ ਉਹਨਾਂ ਦੇ ਬੱਚਿਆਂ ਦਾ ਜੋ ਛੁਪਿਆ ਹੋਇਆ ਟੈਲੈਂਟ ਆ ਉਹ ਬਾਹਰ ਆਵੇ ਅਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਬੱਚਿਆਂ ਦੇ ਟੈਲੈਂਟ ਨੂੰ ਛੁਪਾਓ ਨਾ। ਬਿਲਕੁਲ ਬਿਲਕੁਲ ਮੈਮ, ਤੁਸੀਂ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹੂੰਗੀ ਹਰਦੀਪ ਕਿ ਰੀਅਲੀ ਬਹੁਤ ਐਕਸਾਈਟਿਡ ਹਾਂ ਅਜੇ ਹੋਰ ਦੇਖਣ ਨੂੰ। ਐਂਡ ਵੈਨ ਵੀ ਵਰ ਕਿਡਸ ਨਾ, ਅਸੀਂ ਜਦੋਂ ਬਹੁਤ ਛੋਟੇ ਹੁੰਦੇ ਸੀ ਅਸੀਂ ਇੱਦਾਂ ਦੇ ਨਹੀਂ ਸੀਗੇ, ਐਂਡ ਦੇ ਆਰ ਰੀਅਲੀ ਡੂਇੰਗ ਗ੍ਰੇਟ ਜੋਬ। ਐਂਡ ਕੀ ਆਉਣ ਵਾਲਾ ਫਿਊਚਰ ਹੋਏਗਾ, ਯੂ ਕੈਨ ਜਸਟ ਇਮੈਜਿਨ, ਇਟ ਵਿਲ ਬੀ ਗ੍ਰੇਟ। ਆਈ ਰੀਅਲੀ ਬੈਸਟ ਆਫ ਲੱਕ ਟੂ ਆਲ ਆਫ ਦਾ ਕਿਡਸ ਹੂ ਆਰ ਪਰਫੋਰਮਿੰਗ ਐਂਡ ਬੈਸਟ ਆਫ ਲੱਕ ਟੂ ਦਾ ਪੇਰੈਂਟਸ ਆਲਸੋ ਐਂਡ ਕੋਂਗਰੈਚੁਲੇਸ਼ਨਸ ਟੂ ਆਲ ਦਾ ਵਿਨਰਸ ਟੂ। ਥੈਂਕ ਯੂ। ਸੋ ਦੋਸਤੋ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਡ੍ਰੀਮ ਪਾਰਟੀ ਪਲੈਨਰ ਤੋਂ ਯਾਨੀ ਕਿ ਅੰਮ੍ਰਿਤਾ ਕਪੂਰ ਜੀ, ਜਿਨ੍ਹਾਂ ਨੇ ਅੱਜ ਈਵੈਂਟ ਕਰਾਇਆ ਸੀ ਜਿਸਦਾ ਈਵੈਂਟ ਦਾ ਨਾਮ ਦਿੱਤਾ ਗਿਆ ਸੀ ਪਹਿਚਾਨ ਅਤੇ ਜਾਣਦੇ ਅੱਜ ਦੇ ਔਰਗਨਾਈਜ਼ਰ ਤੋਂ ਕੀ ਲੈ ਕੇ ਆਏ ਸੀ ਖਾਸ ਲੁਧਿਆਣਾ ਵਾਸੀਆਂ ਵਾਸਤੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲੁਧਿਆਣਾ। ਅੱਜ 19 ਨਵੰਬਰ ਫੋਰਚੂਨ ਕਲਾਸਿਕ ਮੇ ਇਵੈਂਟ ਹੈ ਕਿਡਸ ਫੈਸ਼ਨ ਰਨਵੇ ਪਹਿਚਾਨ, ਔਰ ਇਹ ਬੱਚੋਂ ਕੇ ਲਈ ਬਹੁਤ ਅੱਛਾ ਪਲੈਟਫਾਰਮ ਹੈ ਵੇਰਨ ਬੱਚੇ ਆਪਣੀ ਰੈਂਪ ਵਾਕ ਦਿਖਾ ਰਹੇ ਹੈ, ਆਪਣਾ ਮਾਡਲਿੰਗ ਦਿਖਾ ਰਹੇ ਹੈ, ਡਰੈਸਿਸ ਇਤਨੀ ਸੁੰਦਰ ਹੈ, ਪੇਰੈਂਟਸ ਆਰ ਸੋ ਨਾਈਸ ਟੂ ਅਸ, ਜੱਜਿਸ ਐਂਡ ਐਵਰੀਥਿੰਗ ਇਜ਼ ਵੈਰੀ ਵੈਰੀ ਨਾਈਸ ਹੀਅਰ। ਐਂਡ ਬੱਚੋਂ ਕੋ ਇੱਕ ਪਲੈਟਫਾਰਮ ਹੈ ਜਹਾਂ ਬੱਚੋਂ ਕੋ ਇੱਕ ਸ਼ਾਰਟ ਫਿਲਮ ਮੇ ਐਡ ਕਰਨੇ ਕਾ ਮੌਕਾ ਮਿਲੇਗਾ ਐਂਡ ਮਾਡਲਿੰਗ ਮੇ ਜਾਣੇ ਕਾ, ਆਪਣੀ ਇੱਕ ਪਹਿਚਾਨ ਬਣਾਨੇ ਕਾ, ਔਰ ਵਹੀ ਮੋਟਿਵ ਹੈ ਹਮਾਰੇ ਇਵੈਂਟ ਕਾ ਅੱਜ। ਨਾਮ ਵਿਨੀਤ ਹੈ ਅਤੇ ਮੈਂ ਸ਼ੋਅ ਦਾ ਡਾਇਰੈਕਟਰ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਬੱਚਿਆਂ ਨੂੰ ਸਿਖਾਇਆ, ਬੱਚਿਆਂ ਨੂੰ ਅੱਗੇ ਲੈ ਕੇ ਜਾਊਂਗਾ, ਬੱਚਿਆਂ ਨੂੰ ਸ਼ਾਰਟ ਮੂਵੀਸ ਕੰਮ ਕਰਵਾਵਾਂਗੇ ਅਤੇ ਫੋਟੋ ਸ਼ੂਟ ਬੱਚਿਆਂ ਨੂੰ ਦਿਲਾਵਾਂਗੇ ਅਤੇ ਅੱਗੇ ਵਧੀਆ ਵਧੀਆ ਮੌਕੇ ਦੇਵਾਂਗੇ। ਬਹੁਤ ਵਧੀਆ ਇਵੈਂਟ ਰਿਹਾ ਕਿ ਅੱਜ ਦੇ ਬਹੁਤ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਸੀ ਬੜੇ ਦਿਨਾਂ ਤੋਂ ਅਤੇ ਅੱਜ ਉਹਨਾਂ ਦੀ ਮਿਹਨਤ ਫਲ ਲਿਆ ਰਹੀ ਹੈ ਅਤੇ ਬਹੁਤ ਵਧੀਆ ਮੈਨੂੰ ਲੱਗ ਰਿਹਾ। ਥੈਂਕ ਯੂ ਸੋ ਮਚ ਜੋ ਅੰਮ੍ਰਿਤਾ ਮੈਮ ਜੋ ਇਸ ਸ਼ੋਅ ਕੋ ਔਰਗਨਾਈਜ਼ ਕਰਵਾ ਰਹੇ ਔਰ ਬੱਚੋਂ ਕੋ ਅੱਛੇ ਪਲੈਟਫਾਰਮ ਦੇ ਰਹੇ ਹੈ, ਔਰ ਥੈਂਕ ਯੂ। ਕਹਿੰਦੇ ਨੇ ਬਹੁਤ ਪੈਸੇ ਕਮਾ ਲੈਣੇ, ਕਹਿੰਦੇ ਬਹੁਤ 5-6 ਆਡੀਸ਼ਨਸ ਕੀਤੇ ਸੀਗੇ ਫਿਰ 60-70 ਬੱਚੇ ਵੀ ਚੁਣੇ ਗਏ। ਬਿਲਕੁਲ ਜੀ, ਪੈਸੇ ਤਾਂ ਬਿਲਕੁਲ ਨਹੀਂ ਕਮਾਏ, ਖੁਸ਼ੀਆਂ ਬਹੁਤ ਕਮਾਈਆਂ ਹਮਨੇ ਇਸ ਸ਼ੋਅ ਮੇਂ। ਦੁਆ ਤਾਂ ਬਹੁਤ ਜ਼ਿਆਦਾ ਹੀ ਕਮਾਈਆਂ ਗਏ ਬੱਚਿਆਂ ਦੇ ਦੁਆ ਦੇ ਨਾਲ ਹੀ ਹੈ। ਆਪਾਂ ਦੁਆ ਵੀ ਨਾਲ ਜੀ, ਦੁਆ ਭਾਜੀ ਵੀ ਸਾਡੇ ਨਾਲ ਨੇ, ਇਹ ਵੀ ਬਹੁਤ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਹੜੇ ਸਾਡੇ ਹਮੇਸ਼ਾ ਸਾਨੂੰ ਬਹੁਤ ਸਪੋਰਟ ਕਰਦੇ ਨੇ ਅਤੇ ਆਪਾਂ ਨੂੰ ਕਿਹੜੇ ਆਪਾਂ ਕਿੰਨਾ ਨੂੰ ਦੇਖ ਰਹੇ ਹਾਂ, ਮਤਲਬ ਕੈਮਰੇ ਨੂੰ, ਕੈਮਰੇ ਦੇ ਪਿੱਛੇ ਕਿਹੜੇ ਸਰ ਹੁੰਦੇ ਨੇ, ਕੌਣ ਕਰਦਾ, ਉਹਨਾਂ ਦਾ ਸਪੈਸ਼ਲੀ ਥੈਂਕ ਕਿਹੜੇ ਸਾਡੀ ਇੰਨੀ ਵਧੀਆ ਰਿਕਾਰਡਿੰਗ ਕਰਦੇ ਨੇ, ਸਾਨੂੰ ਇੰਨਾ ਵਧੀਆ ਪ੍ਰੈਜੈਂਟ ਕਰਦੇ ਨੇ। ਥੈਂਕ ਯੂ ਬਹੁਤ ਸਰ, ਥੈਂਕ ਯੂ ਸੋ ਮਚ ਸਰ। ਟੈਲੈਂਟ ਬਹੁਤ ਅੱਛਾ ਬੱਚਿਆਂ ਦਾ, ਦੇਖੋ ਤੁਸੀਂ ਨਵੇਂ ਨਵੇਂ ਉਹਨਾਂ ਨੇ ਆਪਣਾ ਅਵਤਾਰ ਦਿੱਤੇ ਹੈ ਸਾਨੂੰ, ਦਿਖਾਏ ਹੈ, ਬਹੁਤ ਅੱਛਾ ਲੱਗਿਆ ਸਾਰਿਆਂ ਨੇ, ਬਹੁਤ ਅੱਛੀ ਬੱਚਿਆਂ ਨੇ ਆਪਣਾ ਪਰਫਾਰਮੈਂਸ ਦਿੱਤੀ ਹੈ। ਪੇਰੈਂਟਸ ਵੀ ਇਹ ਗੱਲ ਕਰਨੀ ਜਾਣਦੇ ਆ ਮੈਮ, ਕਿੱਦਾਂ ਦਾ ਈਵੈਂਟ ਲੱਗਿਆ ਅੱਜ ਬੱਚਿਆਂ? ਬਹੁਤ ਇੰਟਰਸਟਿੰਗ ਈਵੈਂਟ ਹੈ, ਇਟਸ ਅ ਗੁੱਡ ਪਲੈਟਫਾਰਮ ਫੋਰ ਕਿਡਸ ਟੂ ਕਮ ਅਪ ਔਨ ਦ ਸਟੇਜ, ਉਹਨਾਂ ਦਾ ਸਟੇਜ ਫੀਅਰ ਦੂਰ ਹੁੰਦਾ ਹੈ, ਕੌਨਫੀਡੈਂਸ ਬਿਲਡਅਪ ਹੁੰਦਾ ਹੈ, ਐਂਡ ਮੰਮੀ ਇਜ਼ ਤਾਂ ਆਲਵੇਜ਼ ਰੈਡੀ ਟੂ ਵਾਕ ਐਂਡ ਯੂ ਨੋ ਟੂ ਆਲਵੇਜ਼ ਮੇਕ ਆਰ ਕਿਡਸ ਡੂ ਵੈਲ, ਐਂਡ ਦਿਸ ਇਜ਼ ਮਾਈ ਡਾਟਰ, ਆਈ ਜਸਟ ਸੇ ਹੈਲੋ ਐਂਡ ਸ਼ੀ ਇਜ਼ ਪਰਫੋਰਮਿੰਗ, ਵੈਸਟਰਨ ਰਾਊਂਡ ਹੋ ਗਿਆ ਹੈ ਇਹਦਾ ਔਰ ਇੰਡੀਅਨ ਰਾਊਂਡ ਦੀ ਤਿਆਰੀ ਹੈ। ਵਿਸ਼ ਆਰ ਆਲ ਦਾ ਬੈਸਟ ਐਂਡ ਵਿਸ਼ ਆਲ ਦਾ ਕਿਡਸ ਵੈਰੀ ਬੈਸਟ ਐਂਡ ਵਿਸ਼ ਅੰਮ੍ਰਿਤਾ ਐਂਡ ਆਲ ਦਾ ਔਰਗਨਾਈਜ਼ਰਸ ਆਲ ਦਾ ਵੈਰੀ ਬੈਸਟ। ਭਾਜੀ ਕੀ ਕਹਿਣਾ ਚਾਹੋਗੇ ਬੱਚਿਆਂ ਦੇ ਟੈਲੈਂਟ ਨੂੰ ਤੁਸੀਂ ਜੱਜ ਕੀਤਾ? ਅੱਜ ਦਾ ਈਵੈਂਟ ਬਹੁਤ ਅੱਛਾ ਈਵੈਂਟ ਰਿਹਾ, ਜੋ ਵੀ ਔਰਗਨਾਈਜ਼ਰਸ ਨੇ ਐਫਰਟਸ ਕੀਤੇ ਬਹੁਤ ਅੱਛੇ ਐਫਰਟ ਸੀਗੇ, ਬੱਚਿਆਂ 'ਚ ਬਹੁਤ ਟੈਲੈਂਟ ਸੀ, ਇੱਕ ਬਹੁਤ ਅੱਛਾ ਪਲੇਟਫਾਰਮ ਸੀ ਕਿ ਬੱਚਿਆਂ ਨੇ ਆਪਣਾ ਟੈਲੈਂਟ ਦਿਖਾਇਆ, ਔਰ ਮੈਂ ਕਹਿੰਦਾ ਇਹੋ ਜਿਹੇ ਈਵੈਂਟਸ ਲੁਧਿਆਣਾ ਵਿੱਚ ਆਲਮੋਸਟ ਹੁੰਦੇ ਰਹਿਣੇ ਚਾਹੀਦੇ ਆ ਹੋਰ ਤੋਂ ਹੋਰ, ਤਾਂ ਕਿ ਬੱਚਿਆਂ ਨੂੰ ਮੌਕਾ ਮਿਲੇ ਇੱਕ ਅੱਛੇ ਪਲੇਟਫਾਰਮ 'ਤੇ ਪਰਫਾਰਮ ਕਰਨ ਦਾ। ਹੈਲੋ, ਆਈ ਐਮ ਅੰਕੁਰ ਫਰੋਮ ਏ ਲੇਡੀ ਲਾਂਚ ਲੇਡੀਜ਼ ਜਿਮ ਐਂਡ ਡਾਂਸ ਅਕੈਡਮੀ। ਹਮ ਲੋਕ ਯਹਾਂ ਪੇ ਪਹਿਚਾਨ ਟੀਮ ਕੇ ਸਾਥ ਜੁੜੇ ਹੈ, ਕਾਫੀ ਬੱਚੇ ਹਮਾਰੀ ਅਕੈਡਮੀ ਸੇ ਆਏ ਹੈ, ਮੋਟੋ ਹਮਾਰਾ ਯਹੀ ਹੈ ਕਿ ਬੱਚੋਂ ਕੋ ਜ਼ਿਆਦਾ ਸੇ ਜ਼ਿਆਦਾ ਮੌਕਾ ਮਿਲੇ ਆਪਣੀ ਆਪਣਾ ਹੁਨਰ ਦਿਖਾਨੇ ਕਾ, ਔਰ ਇਸੀ ਸੋਚ ਕੇ ਸਾਥ ਹਮ ਯਹਾਂ ਜੁੜੇ ਹੈ। ਬਹੁਤ ਪੇਰੈਂਟਸ ਹੈ ਜਿਨ੍ਹਾਂ ਨੇ ਹਮਾਰਾ ਸਪੋਰਟ ਕੀਆ ਹੈ ਔਰ ਬੱਚੋਂ ਕੋ ਹਮਾਰੇ ਪੇ ਟ੍ਰਸਟ ਕਰਕੇ ਯਹਾਂ ਭੇਜਾ ਹੈ, ਔਰ ਬਾਕੀ ਦੇਖਤੇ ਹੈ, ਰਿਜ਼ਲਟਸ ਅਭੀ ਪੈਂਡਿੰਗ ਹੈ, ਲੈਟਸ ਹੋਪ ਫੋਰ ਦੀ ਬੈਸਟ।
हेलो, आई एम काव्या सोनी फ्रॉम लेडी लॉन्च जिम। मेरा मोटिव यही है कि जो मेरी एकेडमी से बच्चे आए हैं या बाकी सब बच्चे हैं, बच्चों का जो टैलेंट है बाहर निकालने का, कि हर बच्चे का टैलेंट बाहर आए और वो कुछ ना कुछ जरूर करे। और हर जगह ये प्रोग्राम होने चाहिए, लुधियाना में हर जगह होने चाहिए बच्चों को लेके, और बच्चों का टैलेंट बाहर आना चाहिए। थैंक यू। सो दोस्तों, अभी आस करते हैं कि तुम्हें साढ़ा अच्छा प्रोग्राम बहुत ही वधिया लगे होना। अपने शहर की सफाई रखो, अपने माता पिता ध्यान रखो, मेरे छोटे भैन पढ़ते लिखते रहे क्योंकि पढ़ेगा इंडिया तो आगे बढ़ेगा इंडिया। सो कैमरा पर्सन भी मनजीत के नाल हरदीप दुआ नूं दिओ इजाजत। धन्यवाद।